ਭਗਵਾਨ ਮੈਂ ਨਹਾਉਣ ਜਾਊ ਹੁਣ ਤੌਲੀਆ ਦੇ ਦੇ। ਆਪਣੇ ਆਪ ਲੈ ਲੈ, ਮੈਂ ਸਿੰਦੂਰ ਲਗਾਉਣ ਲੱਗ ਰਹੀ ਸੂ। ਤੂੰ ਕੇ ਸਾਰੀ ਆਣ ਸਿੰਦੂਰ ਸਿੰਦੂਰ ਕਰੇ ਜਾਸੇ, ਮਨ ਵਾਰ ਹੋਣ ਲੱਗ ਰਹੀ ਹੈ, ਦਫ਼ਤਰ ਮੈਂ ਜਾਣਾ ਸੈਂ। ਇੱਕ ਚੁਟਕੀ ਸਿੰਦੂਰ ਕੀ ਕੀਮਤ ਤੂੰ ਕੀ ਜਾਣੇ ਮੋਲੜ ਬਾਬੂ। ਤੂੰ ਰੋਜ਼ ਰੋਜ਼ ਕਹੇ ਤੂੰ ਕੀ ਜਾਣੇ, ਇੱਕ ਚੁਟਕੀ ਸਿੰਦੂਰ ਕੀ ਕੀਮਤ ਕਿਉਂ ਸੈਂ? ਉਰੇ ਨਾ, ਮੈਂ ਬਤਾਊ ਤਨੇ, ਇੱਕ ਚੁਟਕੀ ਸਿੰਦੂਰ ਕੀ ਕੀਮਤ ਕਿਉਂ ਸੈਂ? ਰਸੋਈ ਕਾ ਸਮਾਨ 13,000 ਰੁਪਏ, ਬਿਜਲੀ ਕਾ ਬਿੱਲ 2,500 ਰੁਪਏ, ਪਾਣੀ ਕਾ ਬਿੱਲ 1,000 ਰੁਪਏ, ਬਾਲਕਾਂ ਕੀ ਫੀਸ 12,000 ਰੁਪਏ, ਟਿਊਸ਼ਨ ਫੀਸ 3,000 ਰੁਪਏ, ਮਕਾਨ ਕੀ ਕਿਸ਼ਤ 17,500 ਰੁਪਏ, ਔਰ ਮੋਬਾਈਲ ਕਾ ਖਰਚਾ 1,500 ਰੁਪਏ, ਦਵਾਈ ਕਾ ਖਰਚਾ 1,500 ਰੁਪਏ, ਔਰ ਤੇਰੇ ਘਰ ਵਾਲਿਆਂ ਕਾ ਖਰਚਾ 6,000 ਰੁਪਏ। ਯੋ ਸਾਰਾ ਖਰਚਾ ਨਿਊ ਹੈ, ਅਕਮਨੇ ਤੇਰੀ ਮਾਂਗ ਮੈਂ ਇੱਕ ਚੁਟਕੀ ਸਿੰਦੂਰ ਭਰਿਆ ਥਾ, ਨਾ ਤਾਂ 10,000 ਮੈਂ ਕਾਚੇ ਕੱਟਦਾ। ਔਰ ਸੁਣ, ਇੱਕ ਚੁਟਕੀ ਸਿੰਦੂਰ ਕੀ ਕੀਮਤ ਕਮ ਤੇ ਕਮ 60,000 ਰੁਪਏ ਵੀ ਨਾ ਹੋ ਸੈ। ਬੋਲੀਏ ਮਤਨਾ, ਇੱਕ ਚੁਟਕੀ ਸਿੰਦੂਰ ਕੀ ਕੀਮਤ ਕਿਉਂ ਸੈ? ਚੁੱਪ ਚਾਪ ਬੈਠ ਜਾ। ਸੁਣਾ ਸਕੇ, ਸਾਂਝ ਨੇ ਮੈਨੇ ਘਰ ਪੈ ਵਟਸਐਪ ਕੀ ਪੂਜਾ ਰੱਖੀ ਸੈ, ਔਰ ਆਸ ਪੜੋਸ ਕੀ ਸਾਰੀ ਲੁਗਾਈਆਂ ਤੀ ਬੁਲਾਇਆ ਸੈ, ਪ੍ਰਸਾਦ ਮੈਂ ਕੇ ਬਾਟੂ? ਮੇਰਾ ਨੰਬਰ ਬਾਟ ਦੀਏ, ਪੁਨ ਲਗੇਗਾ।